अपना घर अपना मकान अपना प्लाट हर इंसान की ख्वाहिश होनी जी और हर इंसान एक कोशिश करना होना कि उसकी इंतई मुनासिब कीमत एक अच्छी लोकेशन के अंदर और एक अच्छा प्लाट मिली जाए जी ਇਸ سلسلے ਵਿੱਚ ਜਿੱਦਾਂ ਲੋਕ ਇੰਟਰਨੈਟ ਜਾਂ ਡਿਫਰੈਂਟ ਮਾਰਕੀਟਪਲੇਸ ਸਰਚ ਕਰਨੇ ਤਾਂ ਉਹਨਾਂ ਨੇ ਸਾਹਮਣੇ ਡਿਫਰੈਂਟ ਆਪਸ਼ਨਸ ਅਸਣੀਆਂ ਔਰ ਇਸ ਕਨਫਿਊਜ਼ਨ ਇਸ ਜਗ੍ਹਾ ਪਰ ਅਸਣੀ ਉਹ ਇਹ ਫੈਸਲਾ ਨਹੀਂ ਕਰੀ ਪਾਣੇ ਹੁਣੇ ਕਿ ਕਿਹੜੀ ਆਪਸ਼ਨ ਜਿਹੜੀ ਉਹਨਾਂ ਮਾਰੋਂ ਜ਼ਿਆਦਾ ਬੈਨੀਫੀਸ਼ੀਅਲੀ ਔਰ ਕਿਹੜੀ ਆਪਸ਼ਨ ਜ਼ਿਆਦਾ ਫਿਊਚਰ ਸੁਧਮਨ ਸਾਹਬ ਤਾਂ ਉਸੇ ਔਰ ਕਿਹੜੀ ਆਪਸ਼ਨ ਠੀਕ ਨਹੀਂ ਹੈ ਇਸ سلسلے ਵਿੱਚ ਸਮ ਟਾਈਮ ਲੋਕ ਜਿਹੜਾ ਕਮ ਇਨਫੋਰਮੇਸ਼ਨ ਹੋਣੇ ਦੀ وجہ ਸੂ ਐਸੀ ਜਗ੍ਹਾ ਪੀ ਇਨਵੈਸਟਮੈਂਟ ਕਰੀ ਬੈਣੇ ਜਾਂ ਐਸੀ ਜਗ੍ਹਾ ਪਲਾਟ ਖਰੀਦੀ ਬੈਣੇ ਕਿ ਜਿਹੜਾ ਕਿ ਜ਼ਿਆਦਾ ਫਰੂਟਫੁੱਲ ਨਹੀਂ ਤੇ ਅੱਜ ਨਾਲ ਜਿਹੜਾ ਸੈਸ਼ਨ ਹੈ ਉਹ ਇਸ ਹਵਾਲੇ ਨਾਲ ਬਹੁਤ ਅਹਿਮੀਅਤ ਨਾਲ ਆਮਲਾ ਜੀ ਕਿ ਮੈਂ ਤੁਸਾਂ ਕੀ एक कंप्लीट गाइडलाइन प्रोवाइड कर स कि बिफोर इन्वैसटमेंट जनाब के फैक्टर्स की मद्देनजर रखो और के बेंच मार्क्स उन्होंने फुलफिल करो ताकि कि तुसा इन्वेस्टमेंट सेफ रहे और फ्यूचर बेनिफिशियल होवे इसने नाल, नाल मारो एक ऐसे प्रोजेक्ट नहीं इन्फॉर्मेसन कीणी आया हाँ जी जो कि जिंदगी की बदली छोड़ सी और जे खाबा की है पूरा करसी और जिस आइडियल लोकेशन ड्रीम लैंड ही तुसा तक पहुँचासी जी सब पहले अगर तुम सर चैनल सब्सक्राइब नहीं किया जी इसी ਸਬਸਕ੍ਰਾਈਬ ਕਰੀ ਗਿਨੋ ਇਸਨੇ ਨਾਲ ਨਾਲ ਬੈਲ ਆਈਕਨ ਜਿਹੜਾ ਨਾ ਉਹ ਲਾਜ਼ਮੀ ਪ੍ਰੈਸ ਕਰੋ ਕਿ ਤਾਂ ਕਿ ਤੁਸਾਂ ਕੀ ਟਾਈਮ ਸੁ ਟਾਈਮ ਮਾਰਕੀਟ ਪਲੇਸ ਦੇ حوالے ਨਾਲ ਇਨਫੋਰਮੇਸ਼ਨ ਮਿਲਦੀ ਜਾ ਰਹੀ ਜੀ ਔਰ ਤੁਸਾਂ ਜਿਹੜੇ ਨਾ ਅਪਡੇਟਡ ਰਹੋ ਜੀ ਵੀਅਰਸ ਮੈਂ ਮੁਹੰਮਦ ਅਲਫ ਚਵਾਨ amanat.com ਨੇ ਪਲੇਟਫਾਰਮ ਅਪਰ ਹੂੰ ਅੱਜ ਤੁਸਾਂ ਮਾਰੇ ਸੈਸ਼ਨ ਕੀਨੀ ਤਾਇਆ ਜੀ ਜਿਹੜਾ ਕਿ ਇੰਤਾਈ ਅਹਿਮੀਅਤ ਨਾਲ ਮਿਲ ਆ ਜੀ ਤ ਸਭ ਤੋਂ ਪਹਿਲੇ ਜਿਹੜੀ ਮੈਂ ਤੁਹਾਨੂੰ ਦੱਸਣਾ ਦੱਸਣਾ ਚਾਹਣਾ ਜੀ ਕਿ ਉਹ ਹੈ ਕਿ ਤੁਸੀਂ ਕਿਸੇ ਵੀ ਜਗ੍ਹਾ ਇਨਵੈਸਟਮੈਂਟ ਕਰਨਾ ਚਾਹਣੇ ਹੋ ਜਾਂ ਕਰਨੇ ਜਾ ਰਹੇ ਹੋ ਨਿਓ ਮਾਰਕੀਟ ਵਿੱਚ ਤੇ ਤੁਸੀਂ ਸਭ ਤੋਂ ਪਹਿਲੇ ਚਾਰ ਫੈਕਟਰਸ ਕੀ ਮੱਦੇ ਨਜ਼ਰ ਲਾਜ਼ਮੀ ਰੱਖਣਾ ਪਹਿਲੀ ਚੀਜ਼ ਡਿਵੈਲਪਰ ਦੀ ਪ੍ਰੋਫਾਈਲ ਜਿਹੜਾ ਜਿਸ ਸੋਸਾਇਟੀ ਤੁਸੀਂ ਇਨਵੈਸਟਮੈਂਟ ਕਰਨੇ ਪਿਓ ਉਸ ਦਾ ਜਿਹੜਾ ਡਿਵੈਲਪਰ ਆ ਉਸ ਦੀ ਪ੍ਰੋਫਾਈਲ ਤੁਸੀਂ ਲਾਜ਼ਮੀ ਤਖਣੀ ਜੀ ਉਸ ਦੇ ਨਾਲ ਨਾਲ ਤੁਸੀਂ ਜਿਹੜੀ ਦੂਈ ਚੀਜ਼ ਲਾਜ਼ਮੀ ਤਖਣੀ ਉਹ ਜਿਹੜਾ ਤੁਸਾਂ ਦੀ ਲੀਗਲਿਟੀ मतलब उस सोसाइटी तुम इन्वेस्टमेंट करना चाहते हो क्या अप्रूव्ड सोसाइटी है उसने लीगल कोई इशू तो नहीं उससे को डॉक्यूमेंटेशन है उससे को लैंड है कि नहीं है और त्री और बहुत इंपॉर्टेंट जो चीज कि हर बंदे की नहीं पता होनी जी अब अं तुम मानव डॉट कॉम ने प्लेटफार्म पर दसा जी और सारा फर्ज दसना जी कि तुसा एक चीज लाजमी इंश्योर करनी कि सोसाइटी अवर सैलिंग ना करनी हो अवर क्या मुराद है जी एवर सेलिंग्स मुराद ये है कि लैट सपोज किसी सोसाइटी को दो हज़ार कनाल जगह है, तो दो हज़ार से ज्यादा ना बेचनी हो चीज़ लाजमी इंश्योर करनी और चौथी और एक और इंपॉर्टेंट चीज़ ये है ਕਿ ਤੁਸੀਂ ਇਹ ਚੀਜ਼ ਲਾਜ਼ਮੀ ਹਾਈਲਾਈਟ ਕਰਨਾ ਕਿ ਉਹ ਜਿਹੜੀ ਸੁਸਾਇਟੀ ਜਿਸ ਸੁਸਾਇਟੀ ਤੁਸੀਂ ਇਨਵੈਸਟਮੈਂਟ ਕਰਨੇ ਜਾ ਰਹੇ ਹੋ ਉਹ ਨਵੀਂ ਕਿਹੜੀ ਚੀਜ਼ ਤੁਸੀਂ ਕੀ ਪ੍ਰੋਵਾਈਡ ਕਰਨੀ ਪੀ ਕਿਹੜਾ ਐਸਾ ਫੀਚਰ ਆ ਜਿਹੜਾ ਕਿ ਉਸੇ ਬਾਕੀ ਸਾਰੇ ਤੋਂ ਅਲੱਗ ਕਰਨਾ ਉਹ ਕਿਸੇ ਵੀ ਬਿਟੀ ਲਾਈਨ ਜਿਹੜੀ ਹੋਣੀਆਂ ਕਿ ਜੇ ਅਸਾਂ ਰੋਡਸ ਪ੍ਰੋਵਾਈਡ ਕਰਸਾਂ ਅਸਾਂ ਜਨਾਬ ਸਿਕਿਉਰਿਟੀ ਪ੍ਰੋਵਾਈਡ ਕਰਸਾਂ ਇਸ ਤੋਂ ਵਟ ਕੇ ਇਹ ਟ੍ਰੈਡੀਸ਼ਨਲ ਇਸ ਤੋਂ ਵਟ ਕੇ ਤੁਸੀਂ ਕੀ ਜਿਹੜੀ ਸੁਸਾਇਟੀ ਹੈ ਉਹ ਕਿਹੜੀ ਨਵੀਂ ਚੀਜ਼ ਪ੍ਰੋਵਾਈਡ ਕਰਨੀ ਪੀ ਇਹ ਚੀਜ਼ ਤੁਸੀਂ ਹਰ ਆਲਿਚ ਮਦੇ ਨਜ਼ਰ ਰੱਖਣੀ ਕਿਉਂਕਿ ਇਨਵੈਸਟਮੈਂਟ ਤੁਸੀਂ ਨਹੀਂ ਹੈ ਜੀ पैसा तुसा ना हून पसीने नहीं कमाई है उसी लाने से पहले नाइन्टी परसेंट प्लानिंग करनी और टेन परसेंट इंपलीमेंटेशन करनी होनी जी और मतलब अगर एक दस घंटे नौ घंटे सोचने पर लाओ कि असा इन्वेस्टमेंट कितें करिए और आखिरी घंटे फैसला करो कि इन्वेस्टमेंट करनी चाहनी उसकी इंप्लीमेंटेशन ਕਰਨੀ ਚਾਹੀਦੀ ਨਹੀਂ ਤਾਂ ਸਭ ਤੋਂ ਪਹਿਲੇ ਜਿਹੜੇ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਜੀ ਡਿਵੈਲਪਰ ਨਹੀਂ ਪ੍ਰੋਫਾਈਲ ਉਸ ਦੀ ਸੋਸਾਇਟੀ ਨਹੀਂ ਲੀਗੈਲਟੀ ਅਵਰ ਸੇਲਿੰਗ ਨਹੀਂ ਪ੍ਰੋਬਲਮਸ ਔਰ ਸਿਰ ਨਾਨ ਨਾਲ ਜਿਹੜਾ ਤੁਸਾਂ ਨੇ ਨਿਊ ਫੀਚਰਸ ਇਹ ਲਾਜ਼ਮੀ ਤੁਸਾਂ ਮਧੇ ਨਜ਼ਰ ਰੱਖਣੇ ਕਿਸੇ ਸੋਸਾਇਟੀ ਵਿੱਚ ਇਨਵੈਸਟਮੈਂਟ ਕਰਨੇ ਤੋਂ ਪਹਿਲੇ ਇਸੇ ਨਾਲ ਨਾਲ ਅੱਜ ਨਹੀਂ ਸੈਸ਼ਨ ਜਿਹੜਾ ਤੁਸਾਂ ਮਰ ਮੈਂ ਇੱਕ ਇੰਤਾਈ ਜ਼ਬਰਦਸਤ ਪ੍ਰੋਜੈਕਟ ਦੀ ਆਇਆ ਜੀ ਉਸ ਦਾ ਨਾਂ ਜੀ ਲਾਹੌਰ ਸਮਾਰਟ ਸਿਟੀ ਲਾਹੌਰ ਸਮਾਰਟ ਸਿਟੀ ਦਾ ਅਗਰ ਡਿਟੇਲਡ ਐਨਲਿਸਿਸ ਅਜੇ ਪਰਫਾਰਮ ਕਰਿਆ ਜੀ ਤਾਂ ਸਭ ਤੋਂ ਪਹਿਲੇ ਜੀ ਤੁਹਾਨੂੰ ਮੈਂ ਚਾਰ ਚੀਜ਼ਾਂ ਦੱਸਨੀ ਆ ਉਹਨਾਂ ਸਭ ਤੋਂ ਪਹਿਲੀ ਚੀਜ਼ ਡਿਵੈਲਪਰ 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 ਦੀ ਪ੍ਰੋਫਾਈਲ ਜਿਹੜੀ ਆ ਅਗਰ ਲਾਹੌਰ ਸਮਾਰਟ ਸਿਟੀ ਨੇ ਡਿਵੈਲਪਰ ਨੇ ਬਾਰੇ ਜਸਾਂ ਗੱਲ ਕਰੀਆ ਔਰ ਉਸਦੀ ਪ੍ਰੋਫਾਈਲ ਨੇ ਬਾਰੇ ਜਸਾਂ ਤੁਹਾਨੂੰ ਦਸੀਆ ਜੀ ਤੇ ਲਾਹੌਰ ਸਮਾਰਟ ਸਿਟੀ ਬਣਾਉਣੇ ਪਏ ਜੀ ਐਚ ਆਰ ਐਲ ਹਬੀਬ ਰਫੀਕ ਲਿਮਟਿਡ ਜਿਹੜਾ ਕਿ ਇੱਕ ਜਾਨਾ ਪਹਿਚਾਨਾ ਨਾ ਮਾਰਕੀਟ ਇਜ਼ ਔਰ ਉਸਦੀ ਪ੍ਰੋਫਾਈਲ ਇਸ ਤਰ੍ਹਾਂ ਨਹੀਂ ਆ ਕਿ ਉਹਨਾਂ ਪਾਕਿਸਤਾਨ ਦੇ ਅੰਦਰ ਬੜੇ ਬੜ ਮੁਲਤਾਨ ਸਰਗੋਦਾ ਸਈਵਾਲ ਉਸਨੇ ਨਾਨ ਨਾਲ ਤੁਸਾਨੀ ਜਿਹੜੀ ਐਮ 9 ਮੋਟਰਵੇ ਹੈ ਉਸਨੇ ਨਾਨ ਨਾਲ ਤੁਸਾਨਾ ਬਹਿਰੀ ਟਾਊਨ ਦਾ ਫੇਜ਼ 8 ਜਿਹੜਾ ਜੀ ਉਹ ਵੀ ਇਹਨਾਂ ਡਿਜ਼ਾਈਨ ਕੀਤਾ ਔਰ ਉਸਨੇ ਨਾਨ ਨਾਲ ਜਿਹੜਾ ਤੁਸਾਨਾ ਡੀ ਐਚ ਏ ਫੇਜ਼ 1 ਔਰ 2 ਹੈ ਜਿਹੜਾ ਜੀ ਉਹ ਵੀ ਇਹਨਾਂ ਡਿਜ਼ਾਈਨ ਕੀਤਾ ਇਸਨੇ ਨਾਨ ਨਾਲ ਤੁਸਾਨਾ ਕਨਵੈਨਸ਼ਨ ਸੈਂਟਰ ਇਸਨੇ ਨਾਨ ਨਾਲ ਤੁਸਾਨਾ ਮੁਲਤਾਨ ਇੰਟਰਨੈਸ਼ਨਲ 에ਰਪੋਰਟ ਇਸ ਤਰ੍ਹਾਂ ਦੇ ਬੜੇ ਮੈਗਾ ਪ੍ਰੋਜੈਕਟ ਜਿਹੜੇ ਨਾ ਇਹਨਾਂ ਡਿਲੀਵਰ ਕੀਤੇ ਹੋ ਔਰ ਇਹਨਾਂ ਦੀ ਪ੍ਰੋਫਾਈਲ ਤੁਸਾਂ ਜਿਹੜਾ ਇੰਟਰਨੈਟ ਨਾ ਦੌਰ ਆ ਜੀ ਹਰ ਬੰਦਾ ਜਿਹੜਾ ਨਾ ਟੈਕਨੋਲੋਜੀ ਨਾਲ ਟਾਈਮ ਹਰ ਬੰਦਾ ਇੰਟਰਨੈਟ 'ਚ ਐਕਸੈਸ ਰੱਖਣਾ ਤੁਸੀਂ ਸਰਚ ਕਰੀਓ ਔਰ ਤੱਕੀ ਸਕਣਿਓ ਕਿ ਕਿਤਨੇ ਕ੍ਰੈਡੀਬਲ ਬਿਲਡਰ ਦੇ ਜੀ ਤਾਂ ਮਤਲਬ ਸਭ ਤੋਂ ਪਹਿਲੀ ਚੀਜ਼ ਜਿਹੜੀ ਲਾਹੌਰ ਸਮਾਰਟ ਸਿਟੀ ਨਹੀਂ ਆ ਗਈ ਡਿਵੈਲਪਰ ਨਾ ਜੀ ਪ੍ਰੋਫਾਈਲ ਤੋਂ ਡਰਾਫਟ ਡਿਵੈਲਪਰ ਨੇ ਇਹਨਾਂ ਨੇ ਪ੍ਰੋਫਾਈਲ ਜਿਹੜੀ ਹੈ ਇੰਤਾਈ ਕ੍ਰੈਡੀਬਲ ਵਾਲੀ ਔਰ ਪਾਕਿਸਤਾਨ ਦੇ ਸਭ ਤੋਂ ਵੱਡੇ ਡਿਵੈਲਪਰ ਹੈ ਜੀ ਦੂਸਰੀ ਚੀਜ਼ ਲੀਗਲਟੀ ਨਹੀਂ ਆ ਜਾਣੀ ਜੀ ਐਨਓਸੀ ਨਹੀਂ ਤੇ ਲਾਹੌਰ ਸਮਾਰਟ ਸਿਟੀ ਦਾ ਐਨਓਸੀ ਜਿਹੜਾ ਹੈ ਨਾ ਉਹ ਅਪਰੂਵਡ ਹੋ ਹੀ ਚੁੱਕਿਆ ਹੋਇਆ ਲਾਹੌਰ ਡਿਵੈਲਪਮੈਂਟ ਅਥਾਰਟੀ ਦੀ ਤਰਫੋਂ ਐਨਓਸੀ ਅਪਰੂਵਡ ਹੋ ਹੀ ਚੁੱਕਿਆ ਵਾ ਸੋ ਪਹਿਲੇ ਵੀ ਇਸ ਸਾ ਤੁਸਾਂ ਕੀ ਇਸ ਐਨਓਸੀ ਨੇ ਰਿਲੇਟਡ ਅਪਡੇਟਡ ਜਿਹੜੀ ਨਿਊਜ਼ ਜਾਂ ਸਾ ਤੁਸਾਂ ਦਿੱਤੀਆਂ ਸੀ ਆਮਾਨਾ.com ਨੇ ਪਲੇਟਫਾਰਮ ਉਪਰੋਂ ਤੇ ਅੱਜ ਜਿਹੜਾ ਮੈਂ ਡਿਟੇਲਸ ਸੈਸ਼ਨ ਦੱਸ ਕਰਨਾ ਪਿਆ ਉਸ ਨੇ ਵਿੱਚ ਮੈਂ ਸਹੀ ਦੱਸਣਾ ਪਿਆ ਜੀ ਕਿ ਲਾਹੌਰ ਡਿਵੈਲਪਮੈਂਟ ਅਥਾਰਟੀ ਜਿਹੜਾ ਨਾ ਲਾਹੌਰ ਸਮਾਰਟ ਸਿਟੀ ਦਾ ਐਨਓਸੀ ਅਪਰੂਵ ਕਰੀ ਛੋੜਿਆ ਹੋਇਆ ਔਰ ਇੱਕ ਲੀਗ ਉਸਨੇ ਨਾਲ ਨਾਲ ਜਿਹੜਾ ਨਾ ਇਹ ਇਹਨਾਂ ਐਨਓਸੀ ਅਪਰੂਵਡ ਆ ਤਰੀ ਔਰ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਹੈ ਓਵਰ ਸੇਲਿੰਗ ਨੇ ਬਾਰੇ ਜੇ ਤੁਹਾਨੂੰ ਮੈਂ ਦੱਸਾਂ ਤਾਂ ਅਸਾਂ amanat.com ਨੇ ਪਲੇਟਫਾਰਮ ਅਪਰੂਵ ਤੁਸੀਂ ਇਹ ਇਨਸ਼ੋਰ ਕਰਨੇ ਆ ਕਿ ਹਬੀਬ ਰਫੀਕ ਗਰੁੱਪ ਜਿਹੜਾ ਨਾ ਇਤਨਾ ਜਾਨਾ ਪਛਾਨਾ ਨਾ ਕਿ ਉਹ ਕਦੇ ਵੀ ਓਵਰ ਸੇਲਿੰਗ ਅਲੇ ਪਾਸ ਜਾਣੇ ਹੀ ਨਹੀਂ ਕਿਉਂਕਿ ਉਹਨਾਂ ਆਪ ਇੱਕ ਪ੍ਰੋਜੈਕਟ ਨਹੀਂ خاطر ਆਪਣੀ ਕ੍ਰੈਡੀਬਿਲਟੀ ਔਰ ਆਪਣੀ ਗੁੱਡਵਿਲ ਖਰਾਬ ਨਹੀਂ ਕਰਨੀ ਜਿਸ ਤਰ੍ਹਾਂ ਤੁਸੀਂ ਕਿ ਮੈਨਾਂ ਨੇ ਪ੍ਰੋਫਾਈਲ ਤੁਸੀਂ ਨਾ ਬੜੇ ਬੜੇ ਪ੍ਰੋਜੈਕਟ ਜਿਹੜੇ ਡਿਲੀਵਰ ਕੀਤੇ ਹਨ ਠੀਕ ਹੈ ਤੇ ਉਹ ਇੱਕ ਛੋਟੇ ਜਿਹੇ ਲਾਹੌਰ ਸਮਾਰਟ ਸਿਟੀ ਨੇ ਅੰਦਰ ਇਹ ਮਤਲਬ ਲਾਹੌਰ ਨੇ ਅੰਦਰ ਇੱਕ ਛੋਟਾ ਜਿਹਾ ਪ੍ਰੋਜੈਕਟ ਅਗਰ ਲਾਹੌਰ ਸਮਾਰਟ ਸਿਟੀ ਆ ਉਸਨੀ ਖਾਤਰ ਇਹ ਆਪਣੀ ਸਾਰੀ ਜਿਹੜੀ ਆਪਣੀ 70 ਸਾਲ ਦੀ ਮਿਹਨਤ ਹੀ ਉਹ ਗੁੱਡਵਿਲੀ ਉਸੀ ਜ਼ਾਇਆ ਕਦੇ ਵੀ ਨਹੀਂ ਕਰਨ ਲਗੇ ਠੀਕ ਹੈ ਤੇ ਲਾਹੌਰ ਸਮਾਰਟ ਸਿਟੀ ਨੇ ਅੰਦਰ ਅਵਰ ਸੇਲਿੰਗ ਬਿਲਕੁਲ ਵੀ ਨਹੀਂ ਹੈ ਜੀ ਉਸੇ ਨਾਲ ਚੌਥੀ ਔਰ ਬੋਸਟ ਇੰਪੋਰਟੈਂਟ ਚੀਜ਼ ਕਿ ਲਾਹੌਰ ਸਮਾਰਟ ਸਿਟੀ ਦੇ ਅੰਦਰ ਕਿਹੜੇ ਕਿਹੜੇ ਨਵੇਂ ਫੀਚਰਸ ਪ੍ਰੋਵਾਈਡ ਕੀਤੇ ਜਾਣੇ ਤੇ ਹਬੀਬ ਰਫੀਕ ਗਰੁੱਪ ਵਾਲੇ ਜਿਹੜੇ ਨਾ ਲਾਹੌਰ ਸਮਾਰਟ ਸਿਟੀ ਦੇ ਅੰਦਰ बहुत सारे फीचर्स प्रोवाइड करने पे जिन्हें भी तो ऑटोमेटिक वे वेस्ट मैनेजमेंट सिस्टम ऑटोमेटिक ट्रैफिक कंट्रोल सिस्टम आटोमैटिक एयर कंडीशन सिस्टम ऑटोमेटिक सिक्योरिटी एंड सर्विलेंस का निजाम और इसने ना तो सो जदीद तज ने जनाब डिफरेंट ज रोड्स या और इंफ्रास्ट्रक्चर इसके ना साफ सु बेहतरीन चीज़ लाहौर ने पापूले के मद्देनज़र रखते हुए इन्हें थर्टी पर परसेंट तक ना जो एरिया है वह ग्रीन छोड़िया वाया जरा जी फिजाई है और पूरा पूरा सुून रहे इसने ना और भी बहुत सारे फीचर्स हैं क्योंकि पाकिस्तान ने अंदर ये सबसे बड़ी और सेकंड स्मार्ट सिटी बननी भी जी और स्मार्ट सिटी ने जितने भी फीचर है आईओटी बेस्ड तो नॉन आर्टिफिशियल इंटेलिजेंस बेस्ड जितने भी आ, रेजिलेंसी और जनाब रिसोर्स सारिया यूज करने पर तो मतलब ये टोटल एक लैविश किसम ना लाइफ स्टाइल बनने جا ਰਿਹਾ ਜੀ ਲਾਹੌਰ ਸਮਾਰਟ ਸਿਟੀ ਔਰ ਇਹ ਇਹ ਫੀਚਰਸ ਏ ਇੰਡੀਕੇਟਰਸ ਏ ਮੈਜਰਸ ਜਿਨੇ ਨੀ ਬੇਸ ਪਰ ਅਸਲ ਸਨ ਦੱਸਨੇ ਪਿਆ ਕਿ ਲਾਹੌਰ ਸਮਾਰਟ ਸਿਟੀ ਬਾਕੀ ਸਾਰੀ ਸੋਸਾਇਟੀਸ ਤੋਂ ਡਿਫਰੈਂਟ ਹੀ ਔਰ ਇੱਕ ਮਤਲਬ ਨਈ ਚੀਜ਼ ਬਣਨੇ ਜਾ ਰਹੀ ਹੈ ਅਗਰ ਮੈਂ ਤੁਸਾਂ ਨੂੰ ਲਾਹੌਰ ਸਮਾਰਟ ਸਿਟੀ ਦੀ ਲੋਕੇਸ਼ਨ ਬਾਰੇ ਦੱਸਾਂ ਜੀ ਤੇ ਲਾਹੌਰ ਸਮਾਰਟ ਸਿਟੀ ਜਿਹੜੀ ਹੈ ਕਾਲਾ ਸ਼ਾਹ ਕਾਕੂ ਇੰਟਰਚੇਂਜ ਤੋਂ ਤੁਸਾਂ ਲੈਫਟ ਮੂੜਸੋ ਤੇ 1.5 ਕਿਲੋਮੀਟਰ ਤੋਂ ਬਾਅਦ ਚੱਕ ਨੰਬਰ 41 ਚੱਕ ਨੰਬਰ 42 ਔਰ 43 ਦੇ ਅੰਦਰ ਵਾਕਿਆ ਹੈ ਜੀ ਔਰ ਇਸਨੇ ਨਾਲ ਨਾਲ ਜਿਹੜਾ ਤੁਸੀਂ ਮੋਟਰਵੇ ਐਮ 11 ਸੈਲਕੋਟ ਮੋਟਰਵੇ ਤੋਂ ਰਾਈਟ ਸਾਈਡ 'ਤੇ ਪਰ ਮੂੜਸੋ ਜੀ ਤੇ ਇਸਟੈਂਡ ਬਾਈਪਾਸ ਤੋਂ ਬਿਲਕੁਲ ਬਾਅਦ ਜਨਾਬ 1.5 ਕਿਲੋਮੀਟਰ ਦੇ ਅੰਦਰ ਤੁਸਾਂ ਦੇ ਰਾਈਟ ਸਾਈਡ 'ਤੇ ਲਾਹੌਰ ਸਮਾਰਟ ਸਿਟੀ ਵਾਕਿਆ ਹੈ ਜੀ ਇਸਨੇ ਨਾਲ ਨਾਲ ਤੁਸੀਂ ਐਮ 2 ਮੋਟਰਵੇ ਤੋਂ ਵੀ ਐਕਸੈਸ ਕਰ ਸਕਣੇ ਹੋ ਜੀਟੀ ਰੋਡ ਤੋਂ ਵੀ ਐਕਸੈਸ ਕਰ ਸਕਣੇ ਹੋ ਔਰ ਇਸਨੇ ਨਾਲ ਹੀ ਅਲਾਮ اقبال ਇੰਟਰਨੈਸ਼ਨਲ 에어ਪੋਰਟ ਤੋਂ ਵੀ ਤੁਸੀਂ ਬਿਲਕੁਲ ਈਜ਼ੀਲੀ ਇਸੀ ਐਕਸੈਸ ਕਰ ਸਕ ਨੇ ਅੰਦਰ ਪਲਾਸ ਦੀ ਅਵੇਲੇਬਿਲਟੀ ਨੇ ਬਾਰੇ ਦੱਸਾਂ ਜੀ ਅਸਾਂ ਕੋਲ ਜਨਾਬ 5 ਮਰਲੇ 10 ਮਰਲੇ ਹੋਰ ਇੱਕ ਨਾਲੇ ਪਲਾਟਸ ਮੌਜੂਦ ਹੈ ਜੀ ਦੋ ਕਿਸਮ ਨੇ ਬਲਾਕ ਕੇ ਐਗਜ਼ੀਕਟਿਵ ਬਲਾਕ ਔਰ ਓਵਰ ਸੀਜ਼ ਬਲਾਕ ਦੋਹਾਂ ਬਲਾਕਾਂ ਚ ਤੁਸੀਂ 5 ਮਰਲੇ 10 ਮਰਲੇ ਔਰ ਇੱਕ ਨਾਲ ਨੇ ਪਲਾਟ ਮਿਲ ਸਕਣੇ ਜੀ ਪ੍ਰਾਈਸਿਸ ਇਹਨਾਂ ਦੀ ਸਟਾਰਟ ਹੋਣੀਆਂ 5 ਮਰਲੇ ਐਗਜ਼ੀਕਟਿਵ ਨੇ 18 ਲੱਖ ਜੀ ਔਰ ਸੀਜ਼ ਨਾਲ 19 ਲੱਖ ਇਸੇ ਨਾਲ ਨਾਲ ਅਗਰ ਮੈਂ ਤੁਸੀਂ 10 ਮਰਲੇ ਨੇ ਪ੍ਰਾਈਸਿਸ ਨੇ ਬਾਹਰ ਦੱਸਾਂ ਜੀ ਤਾਂ ਐਗਜ਼ੀਕਟਿਵ ਨੇ ਅੰਦਰ ਤੁਸੀਂ ਕਿ 10 ਮਰਲੇ ਨਾਲ ਜਿਹੜਾ ਪਲਾਟ ਆ ਉਹ 33 ਲੱਖ ਨਾਲ ਮਿਲ ਸਕਣਾ ਜੀ ਔਰ ਔਰ ਸੀਜ਼ ਬਲਾਕ ਨੇ ਅੰਦਰ ਤੁਸੀਂ ਕਿ 10 ਮਰਲੇ ਨਾਲ ਪਲਾਟ 34 ਲੱਖ ਨਾਲ ਮਿਲ ਸਕਣਾ ਔਰ ਇੱਕ ਨਾਲੇ ਪਲਾਟ ਨੇ ਬਾਰੇ ਜਗਤ ਤੁਸਾਂ ਦਾ ਐਗਜ਼ੀਕਟਿਵ ਬਲਾਕ ਨੇ ਅੰਦਰ ਤੁਸਾਂ ਨੂੰ ਇੱਕ ਨਾਲ ਨਾ ਪਲਾਟ 54 ਲੱਖ ਨਾ ਮਿਲਣਾ ਜੀ ਔਰ ਇਸ ਨਾਲ ਨਾਲ ਜਿਹੜਾ ਆਵਰ ਸੀਜ਼ਨ ਆ ਪਲਾਟ ਆ ਔਰ ਤੁਸਾਂ ਕੀ 55 ਲੱਖ ਨਾ ਮਿਲਣਾ ਔਰ ਇਹ ਜਿਹੜੀਆਂ ਸਾਰੀਆਂ ਪ੍ਰਾਈਸਿਸ ਯਾ ਇਹ ਬਿਲਕੁਲ 올ਡ ਰੇਟਸ ਦੇ ਠੀਕ ਹੈ ਅਸਾਂ ਕੋਲ 올ਡ ਰੇਟ ਰੇਟਸ ਜੀ ਬੁਕਿੰਗ ਅਵੇਲੇਬਲ ਹੈ ਜੀ ਹੁਣ ਜਿਹੜੇ ਨਏ ਰਿਵਾਈਜ਼ਡ ਰੇਟ ਹੋਈ ਚੁਕੇ ਹੋ ਉਹ ਕਾਫੀ ਹਾਈ ਹੈ ਅਸਾਂ ਤੁਸਾਂ ਕੀ 올ਡ ਰੇਟ 올ਡ ਰੇਟਸ ਜੀ ਬੁਕਿੰਗ ਦੇਸਾਂ ਜੀ ਔਰ ਇਹ ਤੁਸਾਂ ਮਾਰੇ ਗੋਲਡਨ ਓਪਰਚੁਨਿਟੀ ਹੈ ਕਿ ਤੁਸਾਂ ਇਸ ਟਾਈਮ ਬੁਕਿੰਗ ਕਰਵਾਓ ਔਰ ਤੁਸਾਂ ਕੀ 올ਡ ਰੇਟਸ ਪਰ ਬੁਕਿੰਗ ਮਿਲੀ ਜਾਣ ਫਿਊਚਰ ਕਰੀ ਬੀ ਤੁਸਾਂ ਕੀ ਜਿਹੜਾ ਨਾ ਇਹ ਬਹੁਤ ਜ਼ਰਾ ਬੈਨੀਫੀਸ਼ੀਅਲ ਪਰਵਾਇਡ ਕਰ ਸਕਦੇ ਇਸਨੇ ਅਗਰ ਤਾਂ ਹੀ ਲਾਹੌਰ ਸਮਾਰਟ ਸਿਟੀ ਨੇ ਬੁਕਿੰਗ ਨੇ ਬਾਰੇ ਜੇਕਰ ਦੱਸਿਆ ਜੀ ਤਾਂ ਬੁਕਿੰਗ ਜਿਹੜੀ ਹੈ ਇਹਨਾਂ ਦੇ ਪੁਰਾਣੇ ਰੇਟਸ ਅੱਪਰ ਜਿਹੜੇ ਇਹਨਾਂ 3.5 ইয়ারਜ਼ ਦਾ ਪੇਮੈਂਟ پلان ਹੈ ਜੀ 10% ਤੁਸਾਂ ਜਨਾਬ অন ਦਾ ਟਾਈਮ ਆਫ ਬੁਕਿੰਗ ਜਿਹੜਾ ਫਾਰਮ ਸਬਮਿਟ ਕਰਵਾਸੋ ਉਹ ਲੈ ਦੇਣੀ ਹੋਸੀ ਉਸ ਤੋਂ ਇੱਕ ਮਹੀਨੇ ਬਾਅਦ ਤੁਸਾਂ ਕੀ 10% ਹੋਰ ਕਨਫਰਮੇਸ਼ਨ ਦੇਣੀ ਪੈਸੀ ਜੀ ਤਾਂ ਉਸ ਤੋਂ ਬਾਅਦ ਜਨਾਬ ਤੁਸਾਨੀ ਕੁਆਰਟਰਲੀ ਇਨਸਟਾਲਮੈਂਟਸ ਹੋਣੀਆਂ ਡਿਫਰੈਂਟ ਜੀ ਠੀਕ ਹੈ ਅ ਤੇ ਇਸ ਨੇ ਨਾਲ ਅਗਰ ਜਿਹੜਾ ਨਿਆ ਪਲੈਨ ਆ ਨਾ ਉਹ ਜਿਹੜਾ ਤੁਸਾਂ ਨਾ ਇਸੇ ਤਰੀਕੇ ਉਹ 10% ਕਨਫਰਮੇਸ਼ਨ 10% ਬੁਕਿੰਗ ਉਹ ਉਹ ਜਿਹੜਾ ਪਲੈਨ ਹੈ ਉਹ ਤੁਸਾਂ ਨਾ ਜਿਹੜਾ ਨਾ 3 ਇਅਰਸ ਨਾਲ ਇਸ ਨੇ ਨਾਲ ਅਗਰ ਬੁਕਿੰਗ ਕਰਵਾਣੇ ਨੇ ਟਾਈਮ ਤੁਸਾਂ ਨੂੰ ਡਾਕੂਮੈਂਟੇਸ਼ਨ ਜਿਹੜੇ ਕਿਹੜੇ ਕਿਹੜੇ ਚਾਹੀਦੇ ਹੋਣ ਉਹ ਅਗਰ ਤਾਂ ਸਾਂਝੀ ਤਾਂ ਡਾਕੂਮੈਂਟਸ ਤੁਸਾਂ ਕੀ ਸਭ ਤੋਂ ਪਹਿਲੇ ਤੁਸਾਂ ਦੇ ਪਾਸਪੋਰਟ ਸਾਈਜ਼ ਨਾ ਇਮੇਜ ਚਾਹੀਦੀ ਨਾ ਹੋਸੀ ਜੀ ਪਿਕਚਰ ਉਸ ਨੇ ਨਾਲ ਨਾਲ ਤੁਸਾਂ ਜਨਾਬ ਸੀਐਨਆਈਸੀ ਦੀ ਕਾਪੀ ਚਾਹੀਦੀ ਨੀ ਹੋਸੀ ਜਾਂ ਪਾਸਪੋਰਟ ਦੀ ਕਾਪੀ ਚਾਹੀਦੀ ਨੀ ਹੋਸੀ ਇਸ ਨੇ ਨਾਲ ਨਾਲ ਤੁਸਾਂ ਕੀ ਜ ਜੋ ਜਨਾਬ ਨੋਮਿਨੀ ਆ ਉਸਨੇ ਸੀਐਨਏਸੀ ਦੀ ਕਾਪੀ ਔਰ ਉਸਨੀ ਪਿਕਚਰ ਚਾਹੀਨੀ ਹਸੀ ਔਰ ਉਸ ਨਾਲ ਫਾਰਮ ਚਾਹੀਨਾ ਹਸੀ ਜਿਹੜਾ ਕਿ ਸਾਡੇ ਆਫਿਸ ਵਿੱਚ ਮੌਜੂਦ ਆ ਅਸਾਂ ਉਹ ਫਾਰਮ ਫਿਲ ਅਪ ਕਰਸਾਂ ਫਿਲ ਅਪ ਕਰੀ ਉਸੀ ਜਿਹੜੀ ਤੁਸਾਨੀ ਫਾਈਲ ਯੂ ਪਟ ਅਪ ਕਰੀ ਜੋੜਸਾਂ ਕੈਪੀਟਲ ਸਮਾਰਟ ਸਿਟੀ ਔਰ ਲਾਹੌਰ ਸਮਾਰਟ ਸਿਟੀ ਦੇ ਆਫਿਸ ਵਿੱਚ ਠੀਕ ਹੈ ਉਹ ਤੁਸਾਨਾ ਜਨਾਬ ਬੁਕਿੰਗ ਜਿਹੜਾ ਨਾ ਡੀਲਰ ਤੋਂ ਕਨਫਰਮੇਸ਼ਨ ਪੇ ਕਰਸੋ ਤਾਂ ਉਹਨੇ 10 ਦਿਹਾੜੇ ਦੇ ਅੰਦਰ ਤੁਸਾਨੀ ਫਾਈਲ ਬਣੀ ਤਾ ਆ ਜਾਸੀ ਜੀ ਤੇ ਲਿਮਿਟਿਡ ਸਲots ਅਵੇਲੇਬਲ ਯਾ ਜ਼ਿਆਦਾ ਦੇਰ ਨਾ ਕਰੋ ਜੀ ਤੇ ਮਤਲਬ 올ਸ ਰੇਟ ਉੱਪਰ ਜਿਹੜਾ ਤੁਸਾਂ ਕੀ ਲਿਮਟਿਡ ਸਲਾਟਸ ਮਿਲੀ ਸਕਣੀਆਂ ਠੀਕ ਹੈ ਅਗਰ ਤੁਸਾਂ ਬੁਕਿੰਗ ਕਰਵਾਣੀ ਤੇ ਫੌਰਨ ਸਨ ਨਾਲ ਰਾਬਤਾ ਕਰ ਸਕਦੇ ਅਗਰ ਮੈਂ ਤੁਸਾਂ ਹੀ ਲਾਹੌਰ ਸਮਾਰਟ ਸਿਟੀ ਦੇ ਡਿਵੈਲਪਮੈਂਟ ਦੇ ਬਾਰੇ ਜਗਰ ਦੱਸਾਂ ਜੀ ਤੇ ਲਾਹੌਰ ਸਮਾਰਟ ਸਿਟੀ ਨਹੀਂ ਜਿਹੜੀ ਲੈਂਡ ਹੀ ਉਹ ਬਿਲਕੁਲ ਪਲਾਨ ਹੀ ਜੀ ਔਰ ਇਸ ਨੇ ਅੰਦਰ ਜਿਹੜਾ ਐਸ ਕੰਪੇਅਰ ਟੂ ਡਿਫਰੈਂਟ ਸੋਸਾਇਟੀਜ਼ ਜਿਹੜਾ ਨਾ ਡਿਵੈਲਪਮੈਂਟ ਬਹੁਤ ਤੇਜ਼ੀ ਨਾਲ ਕੰਪਲੀਟ ਹੋ ਜਾ ਸੀ ਜਿਸ ਤਰ੍ਹਾਂ ਕੈਪੀਟਲ ਸਮਾਰਟ ਸਿਟੀ ਨਹੀਂ ਲੈਂਡ ਜਿਹੜੀ ਸੀ ਡਿਫਰੈਂਟ ਪਹਾੜ ਵਗੈਰਾ ਸੀ ਉਸ ਨੇ ਅੰਦਰ ਉਹ ਜ਼ਿਆਦਾ ਟਾਈਮ ਲਗਾ ਲੇਕਿਨ ਲਾਹੌਰ ਸਮਾਰਟ ਸਿਟੀ ਨਹੀਂ ਜਿਹੜੀ ਲੈਂਡ ਹੀ ਉਹ ਬਿਲਕੁਲ ਪਲਾਨ ਹੀ ਔਰ ਉਸ ਨੇ ਅੰਦਰ ਡਿਵੈਲਪਮੈਂਟ ਨਾਲ ਜਿਹੜਾ ਕੰਮ ਆ ਉਹ ਇੰਤਾਈ ਤੇਜ਼ੀ ਨਾਲ ਔਰ ਜਲਦੀ ਕੰਪਲੀਟ ਹੋ ਜੂ ਸੀ ਔਰ बीब रफीक ग्रुप एक जाना पहचाना नाम आ और उन्होंने जनाब कमिट किया कि बहुत ही जल्द जरा डिवेलपमेंट का काम स्टार्ट करी देसन इस और बड़ी खास गल यही है कि इस जरा लाहौर स्मार्ट सिटी ने साइट ने बिल्कुल नज़दीक गवर्नमेंट ऑफ जो छ तकरीबन छः सौ एकरड़ जमीन एक्वायर की थी के जो वाल्टन एयरपोर्ट आ जिस के तकरीबन हूँ पिछले हफ्ता पहले शिफ्ट किया गया और मोस्ट प्रोबेबली जरा इत शिफ्ट हो जाए लाहौर स्मार्ट सिटी ने साइट ने बिल्कुल नज़दीक एयरपोर्ट भी इस तरह पाया इसने जो किंग एडवर्ड मेडिकल कॉलेज आ बिल्कुल ਲਾਹੌਰ ਸਮਾਰਟ ਸਿਟੀ ਦੀ ਲੋਕੇਸ਼ਨ ਹੈ ਬਿਲਕੁਲ ਨਜ਼ਦੀਕ ਵਾਕਿਆ ਹੈ ਜੀ ਤੇ ਫਿਊਚਰ ਕਰੀਬ ਵੀ ਇਹ ਲਾਹੌਰੀਆਂ ਮਾਰਿਓ ਜਿਹੜਾ ਜ਼ਿੰਦਾ ਦਿਲਾਣੇ ਲਾਹੌਰੀਆਂ ਮਾਰਿਓ ਇੱਕ ਇੰਤਾਈ ਆਈਡੀਅਲ ਲੋਕੇਸ਼ਨ ਬਣੀ ਜਾਸੀ ਔਰ ਇਸ ਨੇ ਅੰਦਰ ਜਿਹੜਾ ਤੁਸੀਂ ਨਹੀਂ ਹੈ ਕਿ ਐਸਾ ਕਿਸ ਕਿਸਮ ਨਾਲ ਇਕੋਸਿਸਟਮ ਬਿਲਡ ਹੋਈ ਜਾਸੀ ਕਿ ਤੁਸੀਂ ਜਨਾਬ ਬਿਲਕੁਲ ਨਜ਼ਦੀਕ 에ਅਰਪੋਰਟ ਕਾਲਜ ਯੂਨੀਵਰਸਿਟੀਆਂ ਔਰ ਹਰ ਤਰ੍ਹਾਂ ਦੀ ਫੈਸਿਲਿਟੀਆਂ ਇੱਕੇ ਸਿਸਟਮ ਦੇ ਅੰਦਰ ਤੁਸੀਂ ਕੀ ਅਵੇਲ ਹੋਈ ਸਕਣੀ ਤੇ ਤੁਸੀਂ ਕੀ ਇਹ ਜਨਾਬ ਮੈਂ ਅਗਰ ਆਪਣਾ ਮਸ਼ਵਰਾ ਦਿਆਂ ਔਰ amara.com ਦੀ ਤਰਫੋਂ ਅਗਰ ਤੁਸੀਂ ਕੀ ਸੁਜੈਸਟ ਕਰਾਂ ਤਾਂ ਇਹ ਬਿਹਤਰੀਨ ਸੋਸਾਇਟੀ ਹੈ ਤੁਸੀਂ ਬਿਲਾ ਜਿਜਕ ਬਿਲਾ ਰੋਗ ਟੋਕ ਬਿਲਾ ਕਿਸੇ ਟੈਨਸ਼ਨ ਪ੍ਰੇਸ਼ਾਨੀ ਨੇ ਇਥੇ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਇਨਸ਼ਾਅੱਲਾ ਤੁਸੀਂ ਇਨਵੈਸਟਮੈਂਟ ਜਿਹੜੀ ਹੈ ਸੇਫ ਰਹੀ ਸੀ ਔਰ ਤੁਸੀਂ ਇਨਵੈਸਟਮੈਂਟ ਜਿਹੜੀ ਹੈ ਤੁਸੀਂ ਕੀ ਫਿਊਚਰ ਵਿੱਚ ਬਹੁਤ ਸਾਰਾ ਫਾਇਦਾ ਦੇਸੀ ਜੀ ਅਗਰ ਤੁਸੀਂ ਆ ਕਿ ਮਜ਼ੀਦ ਕਿਸੇ ਕਿਸਮ ਦੀ ਇਨਫੋਰਮੇਸ਼ਨ ਚਾਹੀ ਨਹੀਂ ਲਾਹੌਰ ਸਮਾਰਟ ਸਿਟੀ ਨਾਲ ਰਿਲੇਟਡ ਜਾਂ ਕਿਸੇ ਹੋਰ ਪ੍ਰੋਜੈਕਟ ਨਾਲ ਰਿਲੇਟਡ ਤੁਸੀਂ ਜਿਹੜੇ ਸਾਡੇ ਥੱਲੇ ਦਿੱਤੇ ਗਏ ਨੰਬਰ ਹੈ ਉਹਨਾਂ ਪਰ ਕੰਟੈਕਟ ਕਰੋ ਸਾਰੇ ਨੁਮਾਇंदे ਤੁਸੀਂ ਨੇ ਕਿਉਂਕਿ ਐਂਟਰਟੇਨ ਕਰਨੇ ਮਾਰੇ ਹਰ ਟਾਈਮ ਹਮਾ ਵਕਤ ਤਿਆਰ ਹੈ ਜੀ ਉਸੇ ਨਾਲ ਨਾਲ ਸਾਡਾ ਜਿਹੜਾ YouTube ਚੈਨਲ ਆ ਉਸੇ ਸਬਸਕ੍ਰਾਈਬ ਕਰੋ ਸਾਡਾ ਜਿਹੜਾ ਅਪੀਅਰੈਂਸ ਦੀ ਵੈਬਸਾਈਟ ਆ www.amana.com ਉਸੇ ਨਾਲ ਨਾਲ ਸਾਡਾ Facebook LinkedIn Instagram Twitter ਹਰ ਜਗ੍ਹਾ ਅਸਾਂ ਐਗਜ਼ਿਸਟ ਕਰਨੇ ਆ ਤੁਸੀਂ ਕਿਸੇ ਵੀ ਚੈਨਲ ਨਾਲ ਅਸਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਸਾਂ ਤੁਸੀਂ ਕੀ ਜਿਹੜਾ ਟਾਈਮਲੀ ਰਿਸਪੌਂਸ ਪ੍ਰੋਵਾਈਡ ਕਰਸਾਂ ਜੀ नेक्स्ट uh, टाइम एक नए प्रोजेक्ट एक नए प्रोजेक्ट इन्फॉर्मेशन एक नए ने प्रोजेक्ट रिलेटेड ने इन्फॉर्मेशन की नहीं था, तो हो जी, तब तक अपने दोस्त की इजाज़त दो अमान डॉट कॉम पाकिस्तान पोर्टल मशवरा अमानत है